ਤੂੰ ਇੱਕਦਮ ਹੀ ਪਾਕਿਸਤਾਨੀ ਕੁੜੀ ਹੀ ਲੱਗਦੀ ਆ, ਕਿਉਂਕਿ ਮੈਨੂੰ ਬਹੁਤ ਸਾਰੇ ਲੋਕ ਆ ਕੇ ਪੁੱਛਦੇ ਵੀ ਹੈ ਕਿ ਸੱਚੀ ਪਾਕਿਸਤਾਨ ਤੋਂ। ਮੈਂ ਕਿ ਨਹੀਂ, ਮੈਂ ਹਿੰਦੁਸਤਾਨੀ ਹਾਂ। 2 ਮਹੀਨੇ ਆਡੀਸ਼ਨ ਦੇਣ ਦੇ ਬਾਅਦ, 6 ਤੋਂ 9 ਮਹੀਨਿਆਂ ਦੇ ਨਾਲ ਆਡੀਸ਼ਨ ਦੇਣ ਦੇ ਬਾਅਦ ਜਾ ਕੇ ਮੇਰਾ ਸਿਲੈਕਸ਼ਨ ਹੋਇਆ। ਰੇਲਵੇ ਬ੍ਰਿਜ 'ਤੇ ਖੜ੍ਹੇ ਹੋ ਕੇ ਭੀੜ ਦੇਖ ਕੇ ਆ ਕੇ, ਅਤੇ ਸ਼ੂਟਿੰਗ ਦਾ ਸਾਨੂੰ ਦਿਖਿਆ ਨਹੀਂ ਕੌਣ ਸ਼ੂਟ ਕਰ ਰਿਹਾ ਸੀ, ਭੀੜ ਬਹੁਤ ਜ਼ਿਆਦਾ ਸੀਗੀ। ਪਰ ਦੂਰੋਂ ਜਦੋਂ ਕਿਸੇ ਨੇ ਕਿਹਾ ਕਿ ਸਨੀ ਸਰ ਆ ਗਏ, ਤਾਂ ਉਹਨਾਂ ਦੀ ਪਰਸਨੈਲਿਟੀ ਅੱਜ ਵੀ ਉੱਦਾਂ ਦੀ ਹੈ। ਡਾਇਰੈਕਟਰ ਇੰਨਾ ਵੱਡਾ ਐਕਸਪੀਰੀਅੰਸਡ ਹੁੰਦਾ ਵਾ, ਉਹਨਾਂ ਨੇ 7 ਹਿੱਟ ਫਿਲਮਾਂ ਇੱਕ ਰੋਜ਼, ਤਾਂ ਉਹਨਾਂ ਨੂੰ ਪਰਖ ਹੁੰਦੀ ਹੈ, ਉਹ ਵੇਖ ਕੇ ਹੀ ਸਮਝ ਸਕਦੇ ਕਿ ਹਾਂ ਇਸ ਬੰਦੇ 'ਚੋਂ ਗੱਲ ਹੈਗੀ ਨਹੀਂ। ਪਹਿਲੀ ਪਿਕਚਰ ਨੇ ਇੰਨਾ ਧਮਾਲ ਕੀਤਾ ਸੀ, ਹੁਣ ਮੈਨੂੰ ਕਹਿੰਦੇ ਤੂੰ ਦੂਸਰੀ, ਮਤਲਬ ਉਹ ਕੁੜੀ ਆਈ ਹੈ ਜਿਹਦੀ ਪਹਿਲੀ ਪਿਕਚਰ ਹੀ ਇੰਨਾ ਜ਼ਿਆਦਾ ਕਮਾਲ ਕਰ ਗਈ ਆ, ਅਤੇ ਆਈ ਥਿੰਕ ਇਹ ਗਦਰ ਦਾ ਹੀ ਕਮਾਲ ਆ। ਦੋਸਤੋ, ਅੱਜ ਤੋਂ 22 ਸਾਲ ਪਹਿਲਾਂ ਫਿਲਮ ਰਿਲੀਜ਼ ਹੋਈ ਸੀ ਸਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ, ਜਿਸ ਨੇ ਕਿ ਬਾਲੀਵੁੱਡ ਵਿੱਚ ਤਬਾਹੀ ਮਚਾਈ ਸੀ। ਫਿਰ 22 ਸਾਲ ਬਾਅਦ ਫਿਲਮ ਦਾ ਪਾਰਟ 2 ਰਿਲੀਜ਼ ਹੋਇਆ, ਜਿਸ ਨੇ ਕਿ ਬਾਲੀਵੁੱਡ ਵਿੱਚ ਬਾਹਰ ਤੋਂ ਸੁਪਰ ਡੁਪਰ ਹਿੱਟ ਰਹੀ, ਅਤੇ ਉਸ ਫਿਲਮ ਦੀ ਜਿਹੜੀ ਅਦਾਕਾਰਾ ਹੈ ਸਿਮਰਤ ਜੀ, ਉਹ ਸਾਡੇ ਨਾਲ ਨੇ, ਕਿਉਂਕਿ ਅਮੀਸ਼ਾ ਪਟੇਲ ਤੋਂ ਬਾਅਦ ਜੇ ਇਸ ਵੇਲੇ ਨਾਮ ਵੱਜ ਰਿਹਾ ਤਾਂ ਫਿਲਮ ਦੇ ਵਿੱਚ ਸਿਮਰਤ ਜੀ, ਉਸ ਤਰ੍ਹਾਂ ਦੀ ਆਵਾਜ਼, ਉਸ ਤਰ੍ਹਾਂ ਦੀ ਖੂਬਸੂਰਤੀ, ਅਤੇ ਪਾਕਿਸਤਾਨ ਤੋਂ ਹੀ ਇਹਨਾਂ ਨੇ ਜਿਹੜਾ ਰੋਲ ਨਿਭਾਇਆ ਸੀ। ਤਾਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਅਤੇ ਥੈਂਕ ਯੂ। ਤਾਂ ਮੈਨੂੰ ਇਹ ਦੱਸੋ, ਜਿਹੜਾ ਰੋਲ ਤੁਹਾਨੂੰ ਮਿਲਿਆ ਇਸ ਫਿਲਮ ਦੇ ਵਿੱਚ, ਤਾਂ ਉਹ ਰੋਲ ਤੋਂ ਹੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਡਾਇਲੋਗ ਤੋਂ ਪਹਿਲਾਂ ਤਾਂ। ਬਿਲਕੁਲ। ਅੱਲਾਹ ਕੀ ਅਦਾ ਫੂਲੋਂ ਕੀ ਜਾਨ ਕਹਤੇ ਹੈ, ਅੱਲਾਹ ਕੀ ਅਦਾ ਫੂਲੋਂ ਕੀ ਜਾਨ ਕਹਤੇ ਹੈ, ਜਨਾਬ ਇਸ ਹੁਸਨ ਕੋ ਮੁਸਕਾਨ ਕਹਤੇ ਹੈ। ਕੀ ਬਾਤ ਹੈ। ਸਹੀ ਦੇ ਵਿੱਚ ਜੀ, ਜੋ ਫਿਲਮ ਦੇ ਵਿੱਚ ਸੀ, ਜੋ ਰੋਲ ਇਹਨਾਂ ਨੇ ਹੂਬਹੂ ਨਿਭਾਇਆ, ਉਹਨਾਂ 'ਤੇ ਪੂਰਾ ਫਿੱਟ ਵੀ ਬੈਠਦਾ ਹੈ। ਤਾਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਸੀ ਕਿ ਕਿਵੇਂ, ਕਿਉਂਕਿ ਉਹ ਮੁਸਲਮਾਨੀ ਜੋ ਅਦਾਕਾਰ ਦਾ ਤੁਸੀਂ ਕਰੈਕਟਰ ਪਲੇ ਕੀਤਾ, ਖੂਬ ਉਹ ਮੈਚ ਹੋ ਰਿਹਾ ਤੁਹਾਡੇ ਨਾਲ, ਕਿਵੇਂ ਜਹਿਨ ਦੇ ਵਿੱਚ ਆਇਆ ਸੀ, ਕਿਸ ਤਰ੍ਹਾਂ ਮਿਲੀ ਤੁਹਾਨੂੰ ਫਿਲਮ ਇਹ? ਪਹਿਲਾਂ ਤਾਂ ਬਹੁਤ ਸਾਰੇ ਆਡੀਸ਼ਨਸ ਦਿੱਤੇ ਆ ਮੈਂ, ਉਹਦੇ ਇਲਾਵਾ ਜਿੱਦਾਂ ਮੈਨੂੰ ਲੋਕ ਕਹਿੰਦੇ ਕਿ ਤੂੰ ਇੱਕਦਮ ਹੀ ਪਾਕਿਸਤਾਨੀ ਕੁੜੀ ਹੀ ਲੱਗਦੀ ਆ, ਕਿਉਂਕਿ ਮੈਨੂੰ ਬਹੁਤ ਸਾਰੇ ਲੋਕ ਆ ਕੇ ਪੁੱਛਦੇ ਵੀ ਹੈ ਕਿ ਤੂੰ ਸੱਚੀ ਪਾਕਿਸਤਾਨ ਤੋਂ। ਮੈਂ ਕਿ ਨਹੀਂ, ਮੈਂ ਹਿੰਦੁਸਤਾਨੀ ਹਾਂ, ਕਿਉਂਕਿ ਸ਼ਾਇਦ ਅਸੀਂ ਪੰਜਾਬ ਦੇ ਹਾਂ ਅਤੇ ਫੀਚਰਸ ਥੋੜ੍ਹੇ ਬਹੁਤ ਉੱਦਾਂ ਦੇ ਮਿਲਦੇ ਜੁਲਦੇ ਆ। ਉਹਦੇ ਇਲਾਵਾ ਮੈਂ ਥੋੜ੍ਹੀ ਜਿਹੀ ਕਥਕ ਸਿੱਖੀ ਸੀ, ਕਿਉਂਕਿ ਉਹ ਇੱਕ ਕਲਾਸੀਕਲ ਟੱਚ ਆਉਣ ਲਈ। ਉਹਦੇ ਇਲਾਵਾ ਮੈਂ ਥੋੜ੍ਹੀ ਜਿਹੀ ਉਰਦੂ ਸਿੱਖੀ ਸੀ ਕੈਰੇਕਟਰ ਲਈ, ਅਤੇ ਸਰ ਨੇ ਇਹ ਕਿਹਾ ਸੀ ਕਿ ਮਤਲਬ ਕੁੜੀ ਬਹੁਤ ਆਪਣੇ ਪਾਪਾ ਦੀ ਫੇਵਰੇਟ ਆ, ਆਪਣੇ ਪਾਪਾ ਦੀ ਲਾਡਲੀ ਆ, ਅਤੇ ਇਹ ਇੱਕ ਦੋ ਚੀਜ਼ਾਂ ਸੀ ਜੋ ਕਰਕੇ ਫਿਰ ਬਾਅਦ 'ਚੋਂ ਗੈਟਅਪ ਵੀ ਮੈਂ ਥੋੜ੍ਹਾ ਜਿਹਾ ਮੁਸਲਮਾਨੀ ਵਰਗਾ ਕੀਤਾ ਸੀ, ਉਹ ਕੱਜਲ ਲਾਉਣਾ, ਉਹ ਅੱਖਾਂ ਉੱਦਾਂ ਦੀਆਂ, ਉਹ ਸਭ ਕਰਕੇ ਹੀ ਮੇਰਾ ਐਕਚੁਲੀ ਕੈਰੇਕਟਰ ਲੱਗਦਾ ਵਾ ਪੂਰਾ ਮੁਸਲਮਾਨੀ। ਨਾਲੇ ਪਿਕਚਰ ਦੇ ਆਡੀਸ਼ਨਸ ਮੈਂ ਬਹੁਤ ਦਿੱਤੇ ਸੀ, 10-12 ਆਡੀਸ਼ਨਸ ਦਿੱਤੀ ਆ। 2 ਮਹੀਨੇ ਆਡੀਸ਼ਨਸ ਦੇਣ ਦੇ ਬਾਅਦ, 600 ਕੁੜੀਆਂ ਦੇ ਨਾਲ ਆਡੀਸ਼ਨਸ ਦੇਣ ਦੇ ਬਾਅਦ ਜਾ ਕੇ ਮੇਰਾ ਸਿਲੈਕਸ਼ਨ ਹੋਇਆ ਸੀ, ਅਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਕੈਰੇਕਟਰ ਲਈ ਮੈਂ। ਹੁਣ ਅੱਜ ਆਡੀਅੰਸ ਜਦੋਂ ਇੰਨਾ ਪਿਆਰ ਦਿੱਤਾ, ਫਿਰ ਮੈਨੂੰ ਲੱਗਦਾ ਕਿ ਜੋ ਵੀ ਸਟਰਗਲ ਕੀਤੀ, ਮਿਹਨਤ ਕੀਤੀ, ਉਹ ਸਾਰੀ ਵਰਥ ਸੀ ਮੇਰੀ। ਸਿਮਰਤ ਜੀ, ਜਦੋਂ ਪਹਿਲੀ ਫਿਲਮ ਰਿਲੀਜ਼ ਹੋਈ ਸੀ ਉਦੋਂ ਤੁਹਾਡੀ ਉਮਰ ਕਿੰਨੀ ਸੀ, ਅਤੇ ਉਹ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਸਾਰੇ ਲੋਕੇਸ਼ਨਾਂ 'ਤੇ ਸ਼ੂਟ ਹੋਈ ਸੀ, ਤਾਂ ਤੁਸੀਂ ਉਹ ਫਿਲਮ ਦੇ ਵੇਲੇ ਕਿਸ ਵੇਲੇ, ਕਿਸ ਉਮਰ ਦੇ ਵਿੱਚ ਸੀ? ਮੈਂ ਬਹੁਤ ਹੀ ਛੋਟੀ ਸੀ, ਮਤਲਬ ਮੰਮੀ ਮੈਨੂੰ ਦੱਸਦੀ ਕਿ ਮੰਮੀ ਨੇ ਮੈਨੂੰ ਨਿੱਕੀ ਜਿਹੀ ਗੋਦੀ ਚੁੱਕਿਆ ਸੀ। ਦੱਸੋ ਕੀ ਸੀ ਉਹ ਇੰਸੀਡੈਂਟ, ਦੱਸੋ। ਤਾਂ ਜ਼ਰੂਰ ਜੀ, ਅੱਜ ਫਿਲਮ ਦਾ ਪੂਰਾ ਮਸਾਲਾ ਮਿਲਣ ਵਾਲਾ ਸਾਨੂੰ, ਕਿਉਂਕਿ ਸਿਮਰਤ ਦੇ ਮਦਰ ਜੀ ਵੀ ਸਾਡੇ ਨਾਲ ਨੇ। ਤਾਂ ਉਹ ਵੇਲਾ ਦੱਸੋ ਜੀ, ਜਦੋਂ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ, ਪਹਿਲੀ ਫਿਲਮ ਦਾ ਪਾਰਟ 1 ਦਾ, ਤਾਂ ਇਹ ਬਹੁਤ ਉਮਰ ਦਾ ਉਸ ਵੇਲੇ ਛੋਟੇ ਸੀ, ਤਾਂ ਕਿਸ ਤਰ੍ਹਾਂ ਦਾ ਮਾਹੌਲ ਸੀ? ਹਾਂਜੀ, ਅਸੀਂ ਐਕਚੁਅਲੀ ਬੰਬੇ ਤੋਂ ਅੰਮ੍ਰਿਤਸਰ ਵੱਡੀ ਬੇਟੀ ਦੀਆਂ ਛੁੱਟੀਆਂ ਹੋਣਗੀਆਂ ਆਏ ਹੋਏ ਸੀਗੇ, ਅਤੇ ਇੱਥੇ ਚਾਰੋਂ ਸਾਈਡ ਇਹ ਹੋ ਰਿਹਾ ਕਿ ਸਨੀ ਦਿਓਲ ਦੀ ਸ਼ੂਟ ਚੱਲ ਰਹੀ, ਅਤੇ ਪੂਰੇ ਪਿੰਡ ਇਕੱਠੇ ਹੋਏ ਆ, ਅਤੇ ਸ਼ਾਇਦ ਬ੍ਰਦਰ ਨੂੰ ਨਹੀਂ ਪਤਾ, ਮੇਰੇ ਮੰਮੀ ਅਤੇ ਅਸੀਂ ਦੋਵਾਂ ਮਾਵਾਂ ਦੀਆਂ ਨੇ ਸਲਾਹ ਬਣਾਈ ਕਿ ਆਪਾਂ ਚੋਰੀ ਚੋਰੀ ਚੱਲੀਏ, ਅਤੇ ਸ਼ੂਟਿੰਗ ਵੇਖ ਕੇ ਆਈਏ ਕਿ ਭਰਾ ਨੇ ਤਾਂ ਮਨਾ ਕਰਨਾ ਭੀੜ 'ਚ, ਕਿੱਥੇ ਬੱਚੇ ਲੈ ਕੇ ਜਾਣੇ, ਅਸੀਂ ਦੋਵੇਂ ਬੱਚੇ ਉਹਨਾਂ ਦੇ, ਦੋਵੇਂ ਬੇਟੀਆਂ ਮੇਰੀਆਂ, ਇਹਨੂੰ ਮੈਂ ਗੋਦੀ ਚੁੱਕਿਆ ਸੀ।
ਅਤੇ ਸ਼ੂਟ 'ਚ ਤਾਂ ਇੰਨੀ ਭੀੜ ਸੀ, ਕੁਛ ਨਹੀਂ ਦਿਖਿਆ, ਅਸੀਂ ਉਹ ਰੇਲਵੇ ਬ੍ਰਿਜ 'ਤੇ ਖੜ੍ਹੇ ਹੋ ਕੇ ਭੀੜ ਵੇਖ ਕੇ ਆ ਗਏ ਅਤੇ ਸ਼ੂਟਿੰਗ ਦਾ ਸਾਨੂੰ ਦਿਖਿਆ ਨਹੀਂ ਕੌਣ ਸ਼ੂਟ ਕਰ ਰਿਹਾ ਸੀ, ਭੀੜ ਬਹੁਤ ਜ਼ਿਆਦਾ ਸੀਗੀ, ਪਰ ਉਹ ਭੀੜ ਵੇਖ ਕੇ ਅਸੀਂ ਜ਼ਰੂਰ ਘਰ ਆਏ ਸੀਗੀ ਸ਼ੂਟਿੰਗ ਦੀ। ਸੁਪਰ ਜੀ ਉਸ ਵੇਲੇ ਬਹੁਤ ਦੂਰ ਤੋਂ ਸਨੀ ਦਿਓਲ ਜੀ ਨਜ਼ਰ ਆ ਰਹੇ ਸੀ, ਹੁਣ ਸਨੀ ਦਿਓਲ ਦੇ ਨਾਲ ਬੈਠਣਾ ਨਾਲ ਉੱਠਣਾ ਉਹਨਾਂ ਦੇ ਨਾਲ ਤੁਸੀਂ ਫਿਲਮ ਦੇ ਵਿੱਚ ਨਜ਼ਰ ਆ ਰਹੇ ਹੋ, ਤਾਂ ਕਿਹੋ ਜਿਹਾ ਰਿਹਾ ਪਹਿਲੀ ਵਾਰ ਜਦੋਂ ਸਨੀ ਦਿਓਲ ਜੀ ਨੇ ਤੁਸੀਂ ਦੇਖਿਆ? ਪਹਿਲਾਂ ਤਾਂ ਜਦੋਂ ਮੈਂ ਉਹਨਾਂ ਨੂੰ ਫਸਟ ਟਾਈਮ ਸੈੱਟ 'ਤੇ ਵੇਖਿਆ ਸੀ, ਉਹ ਸੀ ਕਿ ਮਤਲਬ ਮੈਂ ਬਹੁਤ ਦੂਰ ਦੂਰ ਬੈਠੀ ਸੀ, ਬਟ ਦੂਰੋਂ ਜਦੋਂ ਕਿਸੇ ਨੇ ਕਿਹਾ ਕਿ ਸਨੀ ਸਰ ਆ ਗਏ ਹੈ, ਤਾਂ ਉਹਨਾਂ ਦੀ ਪਰਸਨੈਲਿਟੀ ਅੱਜ ਵੀ ਉੱਦਾਂ ਦੀ ਆ, ਉਹਨਾਂ ਦਾ ਵਾਕ ਕਰਨ ਦਾ ਸਟਾਈਲ ਔਰ ਉਹ ਸਭ ਇੱਕਦਮ ਫੇਅਰ ਗੋਰੇ ਚਿੱਟੇ ਦੂਰ ਦੀ ਮੈਨੂੰ ਦੇਖ ਰਹੇ ਸੀ। ਫਿਰ ਜਦੋਂ ਉਹਨਾਂ ਦਾ ਸੋਲੋ ਸੀਨ ਚੱਲ ਰਿਹਾ ਸੀ, ਜਦੋਂ ਸੀਨ ਖਤਮ ਹੋਇਆ ਤਾਂ ਮੇਰੇ ਡਾਇਰੈਕਟਰ ਨੇ ਮੈਨੂੰ ਬੁਲਾਇਆ ਕਿ ਆਓ, ਕਿਉਂਕਿ ਮੈਂ ਫਸਟ ਟਾਈਮ ਤੁਹਾਨੂੰ ਮਿਲਣਾ ਸੀ ਸਨੀ ਸਰ ਨੂੰ। ਸਰ ਨੇ ਕਿਹਾ ਆਓ ਹੈਲੋ ਕੁਛ ਕਰੋ, ਅਤੇ ਮੈਂ ਕਿਹਾ ਨਹੀਂ ਨਹੀਂ ਸਰ ਮੈਂ ਨਹੀਂ ਜਾ, ਮੈਨੂੰ ਇੱਕ ਬਹੁਤ ਡਰ ਜਿਹਾ ਲੱਗ ਰਿਹਾ ਸੀ, ਰਿਸਪੈਕਟ ਇੰਨੀ ਤਾਂ ਓਬਵੀਅਸਲੀ ਇੱਕ ਡਰ ਸੀ। ਫਿਰ ਮੇਰੇ ਡਾਇਰੈਕਟਰ ਮੇਰਾ ਹੱਥ ਫੜ ਕੇ ਲੈ ਕੇ ਗਏ ਅਤੇ ਆ ਸਨੀ ਸਰ ਖਲੋਤੇ ਇੱਥੇ ਮੈਂ, ਅਤੇ ਮੈਂ ਇੱਦਾਂ ਕੰਮ ਦੇ ਜੇ ਹੱਥਾਂ ਨਾਲ ਕਿਹਾ ਸਰ ਸਤਿ ਸ਼੍ਰੀ ਅਕਾਲ, ਅਤੇ ਸਰ ਨੇ ਕਿਹਾ ਕਿ ਨਹੀਂ ਬਹੁਤ ਸੋਹਣੀ ਕੁੜੀ ਹੈ, ਇੱਦਾਂ ਕਰਕੇ ਮਤਲਬ ਇੰਨੀ ਜੀ ਗੱਲ ਹੋਈ। ਉਹਦੇ ਬਾਅਦ ਤਾਂ ਮੈਂ ਭੱਜ ਗਈ ਉੱਥੋਂ, ਹੈ ਨਾ, ਇੱਕ ਡਰ ਕੇ ਉਸੇ ਟਾਈਮ ਤੁਸੀਂ ਉਹਨਾਂ ਤੋਂ ਦੂਰ ਹੋ ਗਏ? ਹਾਂਜੀ, ਮੈਂ ਡਰ ਕੇ ਭੱਜ ਗਈ ਸੀ ਕਿ ਓਕੇ, ਮਤਲਬ ਕਿ ਹਾਂ ਮੈਂ ਵੇਖ ਲਿਆ ਉਹਨਾਂ ਨੂੰ ਫਾਈਨਲੀ ਇਹ ਸੀ। ਫਿਰ ਜਦੋਂ ਸੀਨ ਕਰਨਾ ਸੀ, ਫਿਰ ਮੈਨੂੰ ਪਤਾ ਸੀ ਹੁਣ ਮੈਂ ਭੱਜ ਤਾਂ ਸਕਦੀ ਨਹੀਂ, ਹੁੰਦੇ ਮੈਂ ਸੀਨ ਕਰਨਾ ਉਹਨਾਂ ਦੇ ਨਾਲ, ਤਦੋਂ ਵੀ ਇੱਕ ਬਹੁਤ ਡਰ ਜਿਹਾ ਲੱਗ ਰਿਹਾ ਸੀ ਡਰ, ਕਿਉਂਕਿ ਉਹ ਤੁਸੀਂ ਹਮੇਸ਼ਾ ਉਹਨਾਂ ਨੂੰ ਦੂਰ ਪਰਦੇ 'ਤੇ ਵੇਖਿਆ ਵਾ, ਅੱਜ ਉਹ ਤੁਹਾਡੇ ਸਾਹਮਣੇ ਖਲੋਤੇ ਆ, ਜਿਨ੍ਹਾਂ ਦੇ ਬਾਰੇ ਤੁਸੀਂ ਇੰਨਾ ਸੁਣਿਆ ਵਾ, ਜਿਹੜੇ ਇੱਕ ਲੈਜੈਂਡਰੀ ਐਕਟਰ ਨੇ। ਅਤੇ ਜਦੋਂ ਉਹਨਾਂ ਦੇ ਨਾਲ ਕੰਮ ਕੀਤਾ, ਅਤੇ ਕਦੀ ਵੀ ਸੀਨੀਅਰ ਐਕਟਰ ਦੇ ਨਾਲ ਕੰਮ ਕਰਨ ਦਾ ਬੈਸਟ ਇਹ ਹੁੰਦਾ ਕਿ ਉਹਨਾਂ ਦੇ ਨਾਲ ਤੁਹਾਨੂੰ ਸਿੱਖਣ ਲਈ ਬਹੁਤ ਕੁਛ ਮਿਲਦਾ ਵਾ ਜਦੋਂ ਤੁਸੀਂ ਨਿਊ ਹੁੰਦੇ, ਕਿਉਂਕਿ ਉਹਨਾਂ ਦੇ ਕੋਲ 40-50 ਸਾਲ ਦਾ ਐਕਸਪੀਰੀਅੰਸ ਆ ਇੰਡਸਟਰੀ ਦਾ, ਅਤੇ ਜਿਸ ਹਿਸਾਬ ਨਾਲ ਉਹ ਗੱਲ ਕਰਦੇ ਆ, ਡਾਇਲੋਗ ਡਿਲੀਵਰੀ ਕਰਦੇ ਆ, ਬਹੁਤ ਕੁਛ ਸਿੱਖਣ ਨੂੰ ਮਿਲਦਾ। ਅਤੇ ਉਹਨਾਂ ਨੇ ਵੀ ਮੈਨੂੰ ਇੱਕ ਹੀ ਚੀਜ਼ ਸਮਝਾਈ ਕਿ ਜਦੋਂ ਵੀ ਐਕਟਿੰਗ ਕਰਨੀ ਆ, ਹਮੇਸ਼ਾ ਤੁਸੀਂ ਦਿਲ ਤੋਂ ਫੀਲ ਕਰਨੀ ਉਹ ਚੀਜ਼ ਨੂੰ, ਜੇ ਤੁਸੀਂ ਐਕਟਿੰਗ ਕਰੇਂਗੀ ਕਰਨ ਲਈ ਤਾਂ ਉਹ ਕਦੀ ਨਹੀਂ, ਉਹ ਲੋਕਾਂ ਨੂੰ ਨਹੀਂ ਪਸੰਦ ਆਊਗੀ, ਅਤੇ ਦਿਲ ਤੋਂ ਇਮੋਸ਼ਨ ਫੀਲ ਕਰਨਾ ਵਾ ਤਾਂ ਆਪੇ ਇੱਥੇ ਉਹ ਦੇਖ ਜਾਂਦਾ ਵਾ, ਫਿਰ ਤੁਹਾਨੂੰ ਇੱਥੋਂ ਈ ਉਹ ਕਰਨ ਦੀ ਲੋੜ ਨਹੀਂ ਹੈ। ਤਾਂ ਉਹ ਜਿਹੜੀ ਉਹਨਾਂ ਨੇ ਇੱਕ ਮੈਨੂੰ ਗੱਲ ਦੱਸੀ ਸੀ, ਉਹ ਮੈਂ ਹਮੇਸ਼ਾ ਆਪਣੇ ਨਾਲ ਰੱਖੂੰਗੀ। ਡਾਇਰੈਕਟਰ ਜਿਹੜੇ ਨੇ ਅਨਿਲ ਸ਼ਰਮਾ ਜੀ, ਉਹ ਵੀ ਮਜੇ ਹੋਏ ਨੇ, ਬਹੁਤ ਪੁਰਾਣੇ ਨੇ ਫਿਲਮ ਇੰਡਸਟਰੀ ਦੇ ਵਿੱਚ, ਤਾਂ ਉਹਨਾਂ ਨੇ ਕਿਵੇਂ ਤੁਹਾਡਾ ਚੂਜ਼ ਕੀਤਾ, ਕਿਵੇਂ ਤੁਹਾਨੂੰ ਫਿਲਮ ਦੇ ਵਿੱਚ ਸਿਲੈਕਟ ਕੀਤੀ ਉਹਨਾਂ? ਸਿਲੈਕਟ ਉਹਨਾਂ ਨੇ ਕੀਤਾ, ਵੇਖੋ ਉਹ ਆਪ 40 ਈਅਰਸ ਦਾ ਉਹਨਾਂ ਨੂੰ ਐਕਸਪੀਰੀਅੰਸ ਹੈ, ਉਹਨਾਂ ਨੇ ਧਰਮਿੰਦਰ ਸਰ ਦੇ ਨਾਲ ਬਹੁਤ ਸਾਰੀ ਪਿਕਚਰਾਂ ਕੀਤੀਆਂ ਵਾ, ਤਹਿਲਕਾ, ਹਕੂਮਤ ਔਰ ਇਹ ਸਭ ਬਹੁਤ। ਅਤੇ ਉਹ ਜਦੋਂ ਡਾਇਰੈਕਟਰ ਇੰਨਾ ਵੱਡਾ ਐਕਸਪੀਰੀਅੰਸਡ ਹੁੰਦਾ ਵਾ, ਉਹਨਾਂ ਨੇ 7 ਹਿੱਟ ਫਿਲਮਾਂ ਇੱਕ ਰੋਜ਼ ਦਿੱਤੀ ਸੀ, ਤਾਂ ਉਹਨਾਂ ਨੂੰ ਪਰਖ ਹੁੰਦੀ ਆ, ਉਹ ਵੇਖ ਕੇ ਹੀ ਸਮਝ ਸਕਦੇ ਕਿ ਹਾਂ ਇਸ ਬੰਦੇ 'ਚ ਉਹ ਗੱਲ ਹੈਗੀ ਹੈ ਨਹੀਂ ਹੈਗੀ ਹੈ। ਅਤੇ ਜਦੋਂ ਉਹਨਾਂ ਨੇ ਮੇਰਾ ਆਡੀਸ਼ਨ ਵੇਖਿਆ, ਸਭ ਵੇਖਿਆ, ਤਾਂ ਉਹਨਾਂ ਨੂੰ ਲੱਗਿਆ ਸੀ ਕਿ ਹਾਂ ਇਹ ਕੁੜੀ ਮੁਸਕਾਨ ਦਾ ਕੈਰੇਕਟਰ ਬਿਲਕੁਲ ਕਰ ਸਕਦੀ ਆ। ਉਹਦੇ ਇਲਾਵਾ ਉਹਨਾਂ ਨੂੰ ਇੰਨਾ ਐਕਸਪੀਰੀਅੰਸ ਆ ਇੰਡਸਟਰੀ ਦਾ, ਐਕਟਿੰਗ ਦਾ, ਉਹਨਾਂ ਨੇ ਮੈਨੂੰ ਇੱਕ ਹੀ ਚੀਜ਼ ਕਹੀ ਸੀ, ਐਜ਼ ਐਨ ਐਕਟਰ ਕੋਈ ਚੀਜ਼ ਤੁਸੀਂ ਸਿੱਖ ਨਹੀਂ ਸਕਦੇ ਹੋ, ਟ੍ਰੇਨਿੰਗ ਲਓ, ਬਟ ਜਦੋਂ ਕਹਿੰਦੇ ਕੋਈ ਕੈਰੇਕਟਰ ਆ ਤੁਹਾਨੂੰ, ਹੁਣ ਸੋਚਣਾ ਕਿ ਤੂੰ ਮੁਸਕਾਨ ਆ, ਅਤੇ ਮੈਨੂੰ ਸਾਰੇ ਸੈੱਟ 'ਤੇ ਬੁਲਾਉਂਦੇ ਵੀ ਮੁਸਕਾਨ ਸੀ, ਕੋਈ ਮੈਨੂੰ ਸਿਮਰਤ ਬੁਲਾਉਂਦਾ ਹੀ ਨਹੀਂ ਸੀ। ਸਰ ਕਹਿੰਦੇ ਤੂੰ ਹੁਣ ਜੀਣਾ ਚਾਲੂ ਕਰਦੇ, ਇੱਕ ਮੁਸਕਾਨ ਕੁੜੀ ਆ ਤੂੰ, ਉਸ ਮਤਲਬ ਉਹ ਜੀਣਾ ਵਾ ਤੂੰ ਮੁਸਕਾਨ। ਅਤੇ ਉਹਨਾਂ ਨੇ ਮੈਨੂੰ ਇੱਕ ਪੂਰੀ ਫਰੀਡਮ ਦਿੱਤੀ, ਉਹਨਾਂ ਨੇ ਮੈਨੂੰ ਕਦੇ ਇਹ ਨਹੀਂ ਕਿਹਾ ਕਿ ਇੱਦਾਂ ਕਰ ਉਹ ਕਰ, ਸਰ ਨੇ ਕਿਹਾ ਕਿ ਇਹ ਤੇਰਾ ਡਾਇਲੋਗ ਆ, ਇਹ ਤੇਰਾ ਸੀਨ ਆ, ਤੂੰ ਹੁਣ ਇਹਨੂੰ ਆਪਣੇ ਸਾਈਡ ਤੋਂ ਕਰ, ਜੇ ਮੈਨੂੰ ਲੱਗੂਗਾ ਕੁਛ ਹਾਂ ਗਲਤ ਆ ਇਹ ਨਹੀਂ ਉਹ ਨਹੀਂ, ਮੈਂ ਤੈਨੂੰ ਉੱਥੇ ਕਰੈਕਟ ਕਰੂੰਗਾ। ਅਤੇ ਪਹਿਲੀ ਪਿਕਚਰ 'ਚ ਇਹੋ ਜਿਹੇ ਗ੍ਰੇਟ ਡਾਇਰੈਕਟਰ ਨਾਲ ਜਦੋਂ ਕੰਮ ਕਰੋ ਨਾ, ਐਜ਼ ਐਨ ਐਕਟਰ ਵੀ ਤੁਹਾਨੂੰ ਬਹੁਤ ਈਜ਼ੀ ਹੋ ਜਾਂਦਾ ਵਾ। ਸੁਨੀਤਾ ਜੀ, ਬਹੁਤ ਸਾਰੇ ਨੇ ਜਿਹੜੇ ਇਹ ਵੀ ਜਾਣਨਾ ਚਾਹੁੰਦੇ ਨੇ, ਤੁਸੀਂ ਪੰਜਾਬ ਦੀ ਧਰਤੀ ਤੋਂ ਰਹਿਣ ਵਾਲੇ ਹੋ, ਤਾਂ ਪੰਜਾਬ ਦੇ ਕਿਸ ਜ਼ਿਲ੍ਹੇ ਨਾਲੋਂ ਸੰਬੰਧਿਤ ਹੋ ਤੁਸੀਂ, ਅਤੇ ਹੁਣ ਮੁੰਬਈ ਰਹਿੰਦੇ ਹੋ ਜਾਂ ਪੰਜਾਬ ਹੀ ਸੈਟਲ ਹੋ? ਨਹੀਂ, ਮੈਂ ਬੋਰਨ ਐਂਡ ਬੋਰਨ ਬੰਬੇ ਦੀ ਹਾਂ, ਮੇਰੇ ਨਾਨਕੇ ਦਾਦਕੇ ਦੋਵੇਂ ਇੱਧਰ ਪੰਜਾਬ ਦੇ ਹੀ ਆ, ਫਤਿਹਗੜ੍ਹ ਚੂੜੀਆਂ, ਹੈ ਨਾ, ਬਾਕੀ ਡਿਟੇਲ ਜ਼ਿਆਦਾ ਤਾਂ ਮੰਮੀ ਨੂੰ ਹੀ ਪਤਾ, ਬਟ ਮੈਨੂੰ ਇੰਨਾ ਜ਼ਰੂਰ ਪਤਾ ਵਾ।
ਅਤੇ ਅੰਮ੍ਰਿਤਸਰ ਮੇਰਾ ਆਉਣਾ ਜਾਣਾ ਲੱਗਾ ਹੀ ਰਹਿੰਦਾ ਕਿਉਂਕਿ ਨਾ ਇੱਥੇ ਮੇਰੀ ਨਾਨੀ ਦਾ ਘਰ, ਮੇਰੇ ਮਾਮੇ ਦਾ ਘਰ ਆ, ਅਤੇ ਉਹਨਾਂ ਦੇ ਕੋਲ ਆਉਂਦੇ ਰਹਿੰਦੇ। ਬਾਕੀ ਦਰਬਾਰ ਸਾਹਿਬ ਇੱਕ ਹੋਰ ਵੱਡਾ ਰੀਜ਼ਨ ਹੈ ਜਦੋਂ ਜਿਹੜਾ ਆਉਂਦੇ ਅਸੀਂ ਇੱਥੇ ਬਾਰ ਬਾਰ। ਔਰ ਇਸ ਵਾਰੀ ਵੀ ਮੈਂ ਮੱਥਾ ਟੇਕ ਨਹੀਂ ਆਈ ਹਾਂ ਦਰਬਾਰ ਸਾਹਿਬ ਦਾ, ਕਿਉਂਕਿ ਜਦੋਂ ਪਿਕਚਰ ਸਟਾਰਟ ਹੁੰਦੇ ਪਹਿਲਾਂ ਵੀ ਮੈਂ ਦਰਬਾਰ ਸਾਹਿਬ ਆਈ ਸੀ, ਜਦੋਂ ਪਿਕਚਰ ਐਂਡ ਹੋਈ ਤਦੋਂ ਵੀ ਇੱਥੇ ਮੱਥਾ ਟੇਕ ਕੇ ਗਏ। ਹੁਣ ਜਦੋਂ ਬਾਬੇ ਨੇ ਇੰਨਾ ਸਭ ਕੁਝ ਦੇਤਾ, ਸਾਰਾ ਕੁਝ ਹੀ ਦੇਤਾ ਵਾ, ਅਤੇ ਹੁਣ ਉਹਨਾਂ ਦਾ ਸ਼ੁਕਰਾਨਾ ਕਰਨਾ ਸਭ ਤੋਂ ਜ਼ਿਆਦਾ ਬਣਦਾ ਵਾ। ਜਿਵੇਂ ਕਿ ਅਮੀਸ਼ਾ ਪਟੇਲ ਜੀ ਵੀ ਇੱਕ ਵੱਡਾ ਚਿਹਰਾ ਨੇ ਫਿਲਮ ਦੇ ਵਿੱਚ, ਤਾਂ ਉਹਨਾਂ ਦੇ ਨਾਲ ਤੁਸੀਂ ਸਿੰਗਿੰਗ ਦੇ ਵਿੱਚ ਸਾਂਝਾ ਕੀਤਾ ਰੋਲ ਆਪਣਾ, ਹੈ ਨਾ, ਤਾਂ ਕਿਹੋ ਜਿਹਾ ਤਾਲਮੇਲ ਬੈਠਿਆ ਉਹਨਾਂ ਨਾਲ, ਕਿਉਂਕਿ ਉਹ ਪੁਰਾਣੇ ਨੇ ਫਿਲਮ ਇੰਡਸਟਰੀ ਦੇ ਵਿੱਚ, ਤੁਸੀਂ ਨਵੇਂ ਸੀ, ਡੈਬਿਊ ਕਰ ਰਹੇ ਸੀ, ਕਿਸ ਤਰ੍ਹਾਂ ਤਾਲਮੇਲ ਬੈਠਿਆ? ਪਤਾ ਨਹੀਂ, ਜੇ ਤੁਸੀਂ ਪਿਕਚਰ ਵੇਖੀ ਹੋਊਗੀ, ਮੇਰਾ ਉਹਨਾਂ ਦੇ ਨਾਲ ਐਕਚੁਅਲੀ ਸੀਨ ਨਹੀਂ ਹੈਗਾ ਵਾ। ਹਾਂਜੀ, ਹੋ ਸਕਦਾ ਉਹ ਗਦਰ 3 ਲਈ ਅਸੀਂ ਬਚਾ ਕੇ ਰੱਖਿਆ ਹੋਵੇ, ਗਦਰ 3 ਵੀ ਹੋ ਸਕਦਾ ਬਣੂਗੀ, ਅਤੇ ਉਹ ਆਈ ਥਿੰਕ ਉਸ ਕਰਕੇ ਅਸੀਂ ਉੱਥੇ ਉਹਨੂੰ ਰੱਖਿਆ। ਬਟ ਉਹਦੇ ਇਲਾਵਾ ਜਦੋਂ ਮੈਨੂੰ ਪ੍ਰੋਮੋਸ਼ਨਸ 'ਚੋਂ ਮਿਲੇ ਸੀ ਤਾਂ ਬਹੁਤ ਵਧੀਆ ਸੀ ਉਹਨਾਂ ਦੇ ਨਾਲ ਮਿਲ ਕੇ ਵੀ, ਬਹੁਤ ਚੰਗਾ ਲੱਗਿਆ। ਪਰ ਪਹਿਲੀ ਫਿਲਮ 'ਚ ਉਹਨਾਂ ਨੇ ਪੂਰਾ ਬਾਲੀਵੁੱਡ ਦੇ ਵਿੱਚ ਤਬਾਹੀ ਮਚਾਤੀ ਸੀ, ਤਾਂ ਇਸ ਵੇਲੇ ਦੂਸਰੇ ਪਾਰਟ 2 ਦੇ ਵਿੱਚ ਤੁਹਾਡੀ ਇਹਦੇ ਨਾਲ ਤਬਾਹੀ ਮਚ ਰਹੀ ਹੈ ਫਿਲਮ ਦੇ ਵਿੱਚ, ਤਾਂ ਕਿਹੋ ਜਿਹਾ ਮਾਣ ਮਹਿਸੂਸ ਹੋ ਰਿਹਾ, ਫੀਲ ਹੋ ਰਿਹਾ? ਮੈਂ ਹਮੇਸ਼ਾ ਇਹੀ ਸੁਣਿਆ ਸੀ ਕਿ ਅਮੀਸ਼ਾ ਪਟੇਲ ਆ ਜਿਹਦੀ ਪਹਿਲੀ ਪਿਕਚਰ ਨੇ ਇੰਨਾ ਧਮਾਲ ਕੀਤਾ ਸੀ, ਤਾਂ ਹੁਣ ਮੈਨੂੰ ਕਹਿੰਦੇ ਤੂੰ ਦੂਸਰੀ, ਮਤਲਬ ਉਹ ਕੁੜੀ ਆਈ ਹੈ ਜਿਹਦੀ ਪਹਿਲੀ ਪਿਕਚਰ ਹੀ ਇੰਨਾ ਜ਼ਿਆਦਾ ਕਮਾਲ ਕਰ ਗਈ ਆ, ਅਤੇ ਆਈ ਥਿੰਕ ਇਹ ਗਦਰ ਦਾ ਹੀ ਕਮਾਲ ਆ ਕਿ ਦੋਵਾਂ ਕੁੜੀਆਂ ਨੂੰ ਇੰਨਾ ਉਹਨਾਂ ਨੇ ਮਤਲਬ ਇੰਨੀ ਫੇਮ ਦੇ ਦਿੱਤੀ। ਸਿਮਰਤ ਜੀ, ਤੁਹਾਡੇ ਨਾਲ ਦੁਬਾਰਾ ਆਉਂਦੇ ਹਾਂ। ਪਹਿਲਾਂ ਮਾਤਾ ਜੀ, ਮੈਨੂੰ ਇਹ ਦੱਸੋ, ਫਿਲਮ ਲੈਣ ਦੇ ਨਾਲ ਸ਼ੁਰੂ ਤੋਂ ਜੁੜਨਾ ਹੋਇਆ ਇਹਨਾਂ ਦਾ, ਪਹਿਲਾਂ ਤੋਂ ਰੁਚੀ ਸੀ ਇਹਨਾਂ ਦੀ ਫਿਲਮ ਇੰਡਸਟਰੀ ਦੇ ਵਿੱਚ, ਜਾਂ ਕਿਵੇਂ ਚਾਂਸ ਮਿਲਿਆ ਇਹਨਾਂ ਨੂੰ? ਨਹੀਂ ਨਹੀਂ, ਇਹਦੀ ਬਿਲਕੁਲ ਵੀ ਰੁਚੀ ਨਹੀਂ ਸੀ ਸਾਡੀ ਵੀ, ਅਸੀਂ ਫਿਲਮ ਲਾਈਨ ਤੋਂ ਬਹੁਤ ਦੂਰ ਸੀ ਸਾਰੇ, ਅਤੇ ਇਹ ਬਸ ਪਰਮਾਤਮਾ ਦੀ ਕਿਰਪਾ ਹੈ ਕਿ ਇਹ ਤਾਂ ਸਪੋਰਟਸ ਦੇ ਵਿੱਚ ਜ਼ਿਆਦਾ ਅੱਗੇ ਸੀਗੀ, ਕਰਾਟੇ ਦੇ ਵਿੱਚ ਸਪੋਰਟਸ ਕਰਨਾ, ਅਤੇ ਮੈਨੂੰ ਉਹੀ ਕਿ ਸਪੋਰਟਸ 'ਚ ਬਹੁਤ ਅੱਗੇ ਨਿਕਲੂਗੀ ਕੁੜੀ। ਅਚਾਨਕ ਜਦੋਂ ਕਾਲਜ ਤੋਂ ਇਹਨੂੰ ਕੈਡਬਰੀ ਐਡ ਮਿਲੀ ਆ, ਉੱਥੋਂ ਹੀ ਅੱਗੇ ਅੱਗੇ ਨਿਕਲ ਗਈ ਆ। ਪਰ ਮੈਂ ਵੀ ਪਤਾ ਨਹੀਂ, ਅਸੀਂ ਕੋਈ ਵੀ ਰੋਕ ਨਹੀਂ ਪਾਏ ਕਿ ਜਦੋਂ ਮੈਂ ਬ੍ਰਦਰ ਨੂੰ ਵੀ ਫੋਨ ਕੀਤਾ, ਕਹਿੰਦੇ ਤੂੰ ਬੰਬੇ ਰਹਿੰਦੀ ਆ ਅਤੇ ਇਹਨਾਂ ਚੀਜ਼ਾਂ ਤੋਂ ਮਤਲਬ ਠੀਕ ਹੈ, ਬੱਚਾ ਅੱਗੇ ਨਿਕਲ ਲਿਆ ਤਾਂ ਕੱਢੋ, ਕਿ ਡਰ ਹੁੰਦਾ ਵਾ ਇੱਕ ਕੁੜੀ ਨੂੰ ਆਪਣੇ ਪੇਕਿਆਂ ਦਾ, ਸਹੁਰਿਆਂ ਦਾ, ਕਿ ਸ਼ਾਇਦ ਇਸ ਚੀਜ਼ ਤੋਂ ਰੋਕਣਗੇ। ਪਰ ਜਦੋਂ ਮੈਂ ਸਾਰਿਆਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛਿਆ, ਕਹਿੰਦੇ ਤੁਸੀਂ ਬੰਬੇ 'ਚ ਰਹਿੰਦੇ ਆ ਅਤੇ ਜੇ ਬੱਚੀ ਨੂੰ ਔਫਰ ਆ ਰਹੀ ਤਾਂ ਕਰੋ, ਅਤੇ ਇਹ ਸਾਰਿਆਂ ਦੀ ਸਲਾਹ ਲੈ ਕੇ ਹੀ ਮੈਂ ਇਹਨੂੰ ਹਾਂ ਕੀਤੀ, ਅਤੇ ਫਿਰ ਬਸ ਵਾਹਿਗੁਰੂ ਨੇ ਕਿਰਪਾ ਕੀਤੀ, ਅੱਗੇ ਅੱਗੇ ਨਿਕਲਦੀ ਗਈ ਆ। ਪਹਿਲੀ ਫਿਲਮ ਤੋਂ ਹੀ ਬਾਲੀਵੁੱਡ ਦੇ ਵਿੱਚ ਰਾਤੋਂ ਰਾਤ ਸਟਾਰ ਬਣ ਗਏ ਨੇ, ਤਾਂ ਬਹੁਤ ਸਾਰੇ ਜਿਨ੍ਹਾਂ ਨੂੰ ਅਸੀਂ ਸੋਚਿਆ ਵੀ ਨਹੀਂ ਸੀ ਮਿਲਣਾ ਹੋਏਗਾ, ਉਹਨਾਂ ਨੂੰ ਵੀ ਮਿਲਣ ਦਾ ਚਾਂਸ ਮਿਲ ਰਿਹਾ, ਤੁਹਾਨੂੰ ਵੀ ਤੁਸੀਂ ਮਿਲਦੇ ਹੋਵੋਗੇ। ਜਿਵੇਂ ਤੁਸੀਂ ਦੱਸ ਰਹੇ, ਸਨੀ ਦਿਓਲ ਜੀ ਨੂੰ ਪਹਿਲਾਂ ਦੂਰ ਤੋਂ ਦੇਖਿਆ ਸੀ, ਤਾਂ ਹੁਣ ਮਿਲਣਾ ਹੋਇਆ, ਸਨੀ ਦਿਓਲ ਨੂੰ ਮਿਲਣਾ ਸੁਭਾਵ ਬਣਿਆ ਤੁਹਾਡਾ? ਐਕਚੁਅਲੀ ਮੈਂ ਜਦੋਂ ਪਾਲਨਪੁਰ ਜਾ ਰਹੀ ਸੀ ਨਾ, ਅਤੇ ਜਦੋਂ ਪਤਾ ਲੱਗਿਆ ਕਿ ਗਦਰ 2, ਤਾਂ ਮੈਂ ਸਨੀ ਨੂੰ ਵੇਖਣ ਨੂੰ ਮਿਲੂਗਾ, ਮੈਂ ਇਹ ਤੋਂ ਜ਼ਿਆਦਾ ਮੈਨੂੰ ਉਹ ਹੋਣ ਡਿਆ ਸੀ ਕਿ ਸਨੀ ਸਰ ਨੂੰ, ਪਰ ਉਹ ਪਾਲਨਪੁਰ ਸ਼ਾਇਦ ਉਹਨਾਂ ਦੀ ਸ਼ੂਟ 'ਤੇ ਅਸੀਂ ਨਹੀਂ ਵੇਖ ਪਾਏ। ਫਿਰ ਮੈਂ ਜਦੋਂ ਉਹਨਾਂ ਨੂੰ ਅਹਿਮਦ ਨਗਰ ਮਿਲੀ ਹਾਂ, ਅਤੇ ਬੜੇ ਪਿਆਰ ਨਾਲ ਉਹਨਾਂ ਵੀ ਸਤਿ ਸ਼੍ਰੀ ਅਕਾਲ ਦਾ ਜਵਾਬ ਦਿੱਤਾ, ਉਦੋਂ ਉਹਨਾਂ ਨੂੰ ਨਹੀਂ ਸੀ ਪਤਾ ਸਿਮਰਤ ਦੀ ਮੰਮੀ, ਜਦੋਂ ਪਤਾ ਲੱਗਿਆ ਸਿਮਰਤ ਦੇ ਮੰਮੀ ਪਾਪਾ ਹੈ, ਤਾਂ ਜਦੋਂ ਮਿਲਦੇ ਸੀ ਬੜੇ ਸ਼ਾਹੀ ਜਿਹੇ ਲੁੱਕ ਉਹਨਾਂ ਦੀ, ਬੜੇ ਮਤਲਬ ਸ਼ਾਂਤ ਜਿਹੇ ਆ, ਸਤਿ ਸ਼੍ਰੀ ਅਕਾਲ ਬੁਲਾ ਕੇ ਸਮਾਈਲ ਦੇ ਕੇ ਅਤੇ ਮੂੰਹ ਥੱਲੇ ਹੀ ਰੱਖਦੇ, ਉੱਪਰ ਨਹੀਂ ਚੁੱਕਦੇ। ਅਸੀਂ ਜਿੱਥੇ ਉਹਨਾਂ ਦੀ ਸ਼ੂਟ ਹੁੰਦੀ, ਪਾਪਾ ਮੈਂ ਮਗਰ ਅਸੀਂ ਸਿਮਰਤ ਨੂੰ ਨਹੀਂ ਵੇਖਦੇ, ਅਸੀਂ ਸਨੀ ਸਰ ਦੀ ਜਿੱਥੇ ਸ਼ੂਟ ਉੱਥੇ ਜਾ ਕੇ ਖੜ੍ਹੇ ਹੋ ਕੇ ਉਹਨਾਂ ਨੂੰ ਹੀ ਵੇਖਦੇ ਹਾਂ ਕਿ ਆਪਣੀ ਕੁੜੀ ਤਾਂ ਵੇਖਣੀ ਆ, ਅਤੇ ਬੜਾ ਚੰਗਾ ਲੱਗਿਆ। ਬੜੇ ਹੀ ਮਤਲਬ ਸ਼ਾਂਤ ਜੇ, ਜਿੰਨਾ ਗਰਜਦੇ ਆ ਨਾ ਪਿਕਚਰ 'ਚ, ਉਨੇ ਹੀ ਸ਼ਾਂਤ ਆ ਸਾਹਮਣੇ, ਆਵਾਜ਼ ਨਹੀਂ ਨਿਕਲਦੀ, ਇੱਕ ਹੌਲੀ ਜਿਹੀ ਸਤਿ ਸ਼੍ਰੀ ਅਕਾਲ ਬੁਲਾ ਕੇ ਅਤੇ ਮੂੰਹ ਥੱਲੇ ਕਰਕੇ ਬੈਠੇ ਰਹਿੰਦੇ, ਬੜਾ ਚੰਗਾ ਲੱਗਿਆ ਸੀ ਉਹਨਾਂ ਨੂੰ ਮਿਲ ਕੇ ਸਾਨੂੰ। ਜੀ ਜਿਵੇਂ ਜੇ ਹਿੰਦੁਸਤਾਨ ਜਿੰਦਾਬਾਦ, ਇਹ ਨਾਰਾ ਫਿਲਮ ਦੇ ਵਿੱਚ ਜਦੋਂ ਵੀ ਆਉਂਦਾ ਤਾਂ ਹਰ ਬੰਦੇ ਦੇ ਵਿੱਚ ਜੋਸ਼ ਭਰ ਜਾਂਦਾ, ਚਾਹੇ ਥੀਏਟਰ ਦੇ ਵਿੱਚ ਬੈਠਿਆ। ਬਹੁਤ ਚਿਰਾਂ ਬਾਅਦ ਇਸ ਤਰ੍ਹਾਂ ਦਾ ਸੀ ਕਿ ਤਾੜੀਆਂ ਵੱਜ ਰਹੀਆਂ ਸੀ ਸਿਨੇਮਾ ਹਾਲ ਦੇ ਵਿੱਚ, ਤਾਂ ਜਦੋਂ ਸਨੀ ਦਿਓਲ ਜੀ ਤੁਹਾਡੇ ਸਾਹਮਣੇ ਇਹ ਪਲੇਅ ਕਰ ਰਹੇ ਸੀ ਹਿੰਦੁਸਤਾਨ ਜਿੰਦਾਬਾਦ, ਦੁਬਾਰਾ ਅੱਜ ਤੋਂ 22 ਸਾਲ ਪਹਿਲਾਂ ਬੋਲਿਆ ਸੀ, ਤਾਂ ਫਿਰ 22 ਸਾਲ ਬਾਅਦ, ਤਾਂ ਕਿਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਸੀ ਸਾਡੇ? ਜਦੋਂ ਆਹ ਫਾਈਨਲ ਕਲਾਈਮੈਕਸ ਦਾ ਸੀਨ ਜਦੋਂ ਚੱਲ ਰਿਹਾ ਸੀ, ਉੱਥੇ ਆਲਮੋਸਟ ਸੈੱਟ 'ਤੇ ਹੋਣੇ ਆ ਕੁਛ 100 ਕੁ ਬੰਦਾ ਹੋਊਗਾ ਸੈੱਟ 'ਤੇ, ਅਤੇ ਇੱਕਦਮ ਸਰਨਾਟਾ ਜਿਹਾ ਸੀ, ਉੱਥੇ ਪਹਿਲਾਂ ਇੱਕ ਡਾਇਲੋਗ ਹੁੰਦਾ ਵਾ, ਫਿਰ ਅਚਾਨਕ ਨਾਲ, ਕਿਉਂਕਿ ਅਸੀਂ ਜਿੱਥੇ ਸ਼ੂਟ ਵੀ ਕਰ ਰਹੇ ਸੀ ਨਾ ਅਹਿਮਦ ਨਗਰ, ਉਹ
ਬੰਜਰ ਪੂਰੀ ਜ਼ਮੀਨ ਆ, ਪੂਰਾ ਖਾਲੀ, ਸਭ ਕੁਛ ਵੀ ਨਹੀਂ ਹੈ। ਜਿੱਦਾਂ ਉੱਥੇ ਸਨੀ ਸਰ ਜਦੋਂ ਕਹਿੰਦੇ ਚਿਲਾਉਂਦੇ ਆ ਕਿ ਹਿੰਦੁਸਤਾਨ ਜ਼ਿੰਦਾਬਾਦ, ਉਹਨਾਂ ਦੀ ਆਵਾਜ਼ ਜਦੋਂ ਬੋਲਦੇ ਆ, ਇੱਕ ਸ਼ਾਂਤੀ ਅਤੇ ਉਹਨਾਂ ਦੀ ਇੱਕ ਵਿੱਚ ਆਵਾਜ਼ ਹਿੰਦੁਸਤਾਨ ਜ਼ਿੰਦਾਬਾਦ, ਮਤਲਬ ਗੂਜ਼ਬੰਪਸ ਜੋ ਹੁੰਦੇ ਨਾ, ਰੋਂਗਟੇ ਖੜੇ ਹੋਣਾ, ਉਹ ਉਸ ਟਾਈਮ 'ਤੇ ਸਾਨੂੰ ਪਤਾ ਲੱਗੇ ਕੀ ਹੁੰਦਾ ਵਾ। ਔਰ ਇੱਕ ਨਾਲ ਜਦੋਂ ਸਾਰੇ 100 ਬੰਦਿਆਂ ਨੇ ਨਾਰੇ ਲਾਏ, ਜਿਹੜਾ ਸੈੱਟ 'ਤੇ ਬੰਦਾ ਉਹ ਵੀ ਸਾਰੇ ਚਾਲੂ ਹੋ ਗਏ ਹਿੰਦੁਸਤਾਨ ਜ਼ਿੰਦਾਬਾਦ, ਅਤੇ ਮਤਲਬ ਅੱਖਾਂ 'ਚੋਂ, ਮਤਲਬ ਮੈਂ ਪਾਕਿਸਤਾਨੀ ਦਾ ਰੋਲ ਕਰਨੀ ਉੱਥੇ ਖਲੋਤੀ, ਮੇਰੇ ਮੂੰਹ 'ਚੋਂ ਵੀ ਨਿਕਲ ਗਿਆ ਹਿੰਦੁਸਤਾਨ ਜ਼ਿੰਦਾਬਾਦ, ਉਹ ਮੇਰੇ ਵੱਲ ਵੇਖੀ ਜਾਣ। ਬਟ ਉਹ ਕਿਉਂਕਿ ਉਹ ਇੰਨਾ ਉਹ ਮਤਲਬ ਅੱਖਾਂ 'ਚੋਂ ਆਂਸੂ ਆ ਗਏ ਸੀ ਕਿ ਮਤਲਬ ਉਹ ਹੋ ਗਿਆ ਸੀ ਕਿ ਹੁਣ ਮਾਰ ਹੀ ਦੇਣਾ, ਜਦਕਿ ਪਤਾ ਇਹ ਵਿਚਾਰੇ ਸਾਡੇ ਹੀ ਐਕਟਰ ਖਲੋਤੇ ਆ, ਬਟ ਜੀ ਤਾਂ ਕੀਤਾ ਇਹਨਾਂ ਨੂੰ ਮਾਰ ਦੀਏ ਅਤੇ ਕੁੱਟ ਦੀਏ। ਮਤਲਬ ਉਹ ਇੰਨਾ ਇੱਕ ਫੀਲ ਆ ਗਿਆ ਸੀ ਉਹਨਾਂ ਦੀ ਆਵਾਜ਼ 'ਚ, ਇੱਕ ਉਨਾ ਇੱਕ ਫੀਲ। ਸਨੀ ਦਿਓਲ ਜੀ ਨੂੰ ਪਹਿਲਾਂ ਦੂਰ ਤੋਂ ਦੇਖਿਆ ਸੀ ਤਾਂ ਹੁਣ ਮਿਲਣਾ ਹੋਇਆ, ਸਨੀ ਦਿਓਲ ਨੂੰ ਮਿਲਣਾ ਸੁਭਾਗ ਬਣਿਆ ਤੁਹਾਡਾ? ਐਕਚੁਲੀ ਮੈਂ ਜਦੋਂ ਪਾਲਨਪੁਰ ਜਾ ਰਹੀ ਸੀ ਨਾ, ਅਤੇ ਜਦੋਂ ਪਤਾ ਲੱਗਿਆ ਕਿ ਗਦਰ 2, ਤਾਂ ਮੈਂ ਸਨੀ ਨੂੰ ਵੇਖਣ ਨੂੰ ਮਿਲੂਗਾ। ਮੈਂ ਇਹ ਤੋਂ ਜ਼ਿਆਦਾ ਮੈਨੂੰ ਉਹ ਹੋਣ ਡਿਆ ਸੀ ਕਿ ਸਨੀ ਸਰ ਨੂੰ, ਪਰ ਉਹ ਪਾਲਨਪੁਰ ਸ਼ਾਇਦ ਉਹਨਾਂ ਦੀ ਸ਼ੂਟ 'ਤੇ ਅਸੀਂ ਨਹੀਂ ਵੇਖ ਪਾਏ। ਫਿਰ ਮੈਂ ਜਦੋਂ ਉਹਨਾਂ ਨੂੰ ਅਹਿਮਦ ਨਗਰ ਮਿਲੀ ਹਾਂ, ਅਤੇ ਬੜੇ ਪਿਆਰ ਨਾਲ ਉਹਨਾਂ ਵੀ ਸਤਿ ਸ਼੍ਰੀ ਅਕਾਲ ਦਾ ਜਵਾਬ ਦਿੱਤਾ। ਉਦੋਂ ਉਹਨਾਂ ਨੂੰ ਨਹੀਂ ਸੀ ਪਤਾ ਸਿਮਰਤ ਦੀ ਮੰਮੀ, ਜਦੋਂ ਪਤਾ ਲੱਗਿਆ ਸਿਮਰਤ ਦੇ ਮੰਮੀ ਪਾਪਾ ਹੈ, ਤਾਂ ਜਦੋਂ ਮਿਲਦੇ ਸੀ ਬੜੇ ਸ਼ਾਈ ਜਿਹੇ ਲੁੱਕ ਉਹਨਾਂ ਦੀ, ਬੜੇ ਮਤਲਬ ਸ਼ਾਂਤ ਜਿਹੇ ਆ, ਸਤਿ ਸ਼੍ਰੀ ਅਕਾਲ ਬੁਲਾ ਕੇ ਸਮਾਈਲ ਦੇ ਕੇ ਅਤੇ ਮੂੰਹ ਥੱਲੇ ਹੀ ਰੱਖਦੇ, ਉੱਪਰ ਨਹੀਂ ਚੁੱਕਦੇ। ਅਸੀਂ ਜਿੱਥੇ ਉਹਨਾਂ ਦੀ ਸ਼ੂਟ ਹੁੰਦੀ, ਪਾਪਾ ਮੈਂ ਮਗਰ ਅਸੀਂ ਸਿਮਰਤ ਨੂੰ ਨਹੀਂ ਵੇਖਦੇ, ਅਸੀਂ ਸਨੀ ਸਰ ਦੀ ਜਿੱਥੇ ਸ਼ੂਟ ਉੱਥੇ ਜਾ ਕੇ ਖੜ੍ਹੇ ਹੋ ਕਿ ਉਹਨਾਂ ਨੂੰ ਹੀ ਵੇਖਦੇ ਹਾਂ ਕਿ ਆਪਣੀ ਕੁੜੀ ਤਾਂ ਵੇਖਣੀ ਆ। ਅਤੇ ਬੜਾ ਚੰਗਾ ਲੱਗਿਆ, ਬੜੇ ਹੀ ਮਤਲਬ ਸ਼ਾਂਤ ਜੇ, ਜਿੰਨਾ ਗਰਜਦੇ ਆ ਨਾ ਪਿਕਚਰ 'ਚ, ਉਨੇ ਹੀ ਸ਼ਾਂਤ ਆ ਸਾਹਮਣੇ, ਆਵਾਜ਼ ਨਹੀਂ ਨਿਕਲਦੀ। ਇੱਕ ਹੌਲੀ ਜਿਹੀ ਸਤਿ ਸ਼੍ਰੀ ਅਕਾਲ ਬੁਲਾ ਕੇ ਅਤੇ ਮੂੰਹ ਥੱਲੇ ਕਰਕੇ ਬੈਠੇ ਰਹਿੰਦੇ, ਬੜਾ ਚੰਗਾ ਲੱਗਿਆ ਸੀ ਉਹਨਾਂ ਨੂੰ ਮਿਲ ਕੇ ਸਾਨੂੰ। ਜੀ ਜਿਵੇਂ ਜੇ ਹਿੰਦੁਸਤਾਨ ਜ਼ਿੰਦਾਬਾਦ ਇਹ ਨਾਰਾ ਫਿਲਮ ਦੇ ਵਿੱਚ ਜਦੋਂ ਵੀ ਆਉਂਦਾ ਤਾਂ ਹਰ ਬੰਦੇ ਦੇ ਵਿੱਚ ਜੋਸ਼ ਭਰ ਜਾਂਦਾ, ਚਾਹੇ ਥੀਏਟਰ ਦੇ ਵਿੱਚ ਬੈਠਿਆ। ਬਹੁਤ ਚਿਰਾਂ ਬਾਅਦ ਇਸ ਤਰ੍ਹਾਂ ਦਾ ਸੀਗੇ, ਤਾੜੀਆਂ ਵੱਜ ਰਹੀਆਂ ਸੀ ਸਿਨੇਮਾ ਹਾਲ ਦੇ ਵਿੱਚ, ਤਾਂ ਜਦੋਂ ਸਨੀ ਦਿਓਲ ਜੀ ਤੁਹਾਡੇ ਸਾਹਮਣੇ ਇਹ ਪਲੇਅ ਕਰ ਰਹੇ ਸੀ ਹਿੰਦੁਸਤਾਨ ਜ਼ਿੰਦਾਬਾਦ, ਦੁਬਾਰਾ ਅੱਜ ਤੋਂ 22 ਸਾਲ ਪਹਿਲਾਂ ਬੋਲਿਆ ਸੀ ਤਾਂ ਫਿਰ 22 ਸਾਲ ਬਾਅਦ, ਤਾਂ ਕਿਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਸੀ ਸਰ? ਜਦੋਂ ਆ ਫਾਈਨਲ ਕਲਾਈਮੈਕਸ ਦਾ ਸੀਨ ਜਦੋਂ ਚੱਲ ਰਿਹਾ ਸੀ, ਉੱਥੇ ਆਲਮੋਸਟ ਸੈੱਟ 'ਤੇ ਹੋਣੇ ਆ ਕੁਛ 100 ਕੁ ਬੰਦਾ ਹੋਊਗਾ ਸੈੱਟ 'ਤੇ, ਅਤੇ ਇੱਕਦਮ ਸਰਨਾਟਾ ਜਿਹਾ ਸੀ। ਉੱਥੇ ਪਹਿਲਾਂ ਇੱਕ ਡਾਇਲੋਗ ਹੁੰਦਾ ਵਾ, ਫਿਰ ਅਚਾਨਕ ਨਾਲ, ਕਿਉਂਕਿ ਅਸੀਂ ਜਿੱਥੇ ਸ਼ੂਟ ਵੀ ਕਰ ਰਹੇ ਸੀ ਨਾ ਅਹਿਮਦਨਗਰ, ਉਹ ਬੰਜਰ ਪੂਰੀ ਜ਼ਮੀਨ ਆ, ਪੂਰਾ ਖਾਲੀ, ਸਭ ਕੁਛ ਵੀ ਨਹੀਂ ਹੈ। ਜਿੱਦਾਂ ਉੱਥੇ ਸਨੀ ਸਰ ਜਦੋਂ ਕਹਿੰਦੇ ਚਿਲਾਉਂਦੇ ਆ ਕਿ ਹਿੰਦੁਸਤਾਨ ਜ਼ਿੰਦਾਬਾਦ, ਉਹਨਾਂ ਦੀ ਆਵਾਜ਼ ਜਦੋਂ ਬੋਲਦੇ ਆ, ਇੱਕ ਸ਼ਾਂਤੀ ਅਤੇ ਉਹਨਾਂ ਦੀ ਇੱਕ ਵਿੱਚ ਆਵਾਜ਼ ਹਿੰਦੁਸਤਾਨ ਜ਼ਿੰਦਾਬਾਦ, ਮਤਲਬ ਗੂਜ਼ਬੰਪਸ ਜੋ ਹੁੰਦੇ ਨਾ, ਰੋਂਗਟੇ ਖੜੇ ਹੋਣਾ, ਉਹ ਉਸ ਟਾਈਮ 'ਤੇ ਸਾਨੂੰ ਪਤਾ ਲੱਗੇ ਕੀ ਹੁੰਦਾ ਵਾ। ਔਰ ਇੱਕ ਨਾਲ ਜਦੋਂ ਸਾਰੇ 100 ਬੰਦਿਆਂ ਨੇ ਨਾਰੇ ਲਾਏ, ਜਿਹੜਾ ਸੈੱਟ 'ਤੇ ਬੰਦਾ ਉਹ ਵੀ ਸਾਰੇ ਚਾਲੂ ਹੋ ਗਏ ਹਿੰਦੁਸਤਾਨ ਜ਼ਿੰਦਾਬਾਦ, ਅਤੇ ਮਤਲਬ ਅੱਖਾਂ 'ਚੋਂ, ਮਤਲਬ ਮੈਂ ਪਾਕਿਸਤਾਨੀ ਦਾ ਰੋਲ ਕਰਨੀ ਉੱਥੇ ਖਲੋਤੀ, ਮੇਰੇ ਮੂੰਹ 'ਚੋਂ ਵੀ ਨਿਕਲ ਗਿਆ ਹਿੰਦੁਸਤਾਨ ਜ਼ਿੰਦਾਬਾਦ, ਉਹ ਮੇਰੇ ਵੱਲ ਵੇਖੀ ਜਾਣ। ਬਟ ਉਹ ਕਿਉਂਕਿ ਉਹ ਇੰਨਾ ਉਹ ਮਤਲਬ ਅੱਖਾਂ 'ਚੋਂ ਆਂਸੂ ਆ ਗਏ ਸੀ ਕਿ ਮਤਲਬ ਉਹ ਹੋ ਗਿਆ ਸੀ ਕਿ ਹੁਣ ਮਾਰ ਹੀ ਦੇਣਾ, ਜਦਕਿ ਪਤਾ ਇਹ ਵਿਚਾਰੇ ਸਾਡੇ ਹੀ ਐਕਟਰ ਖਲੋਤੇ ਆ, ਬਟ ਜੀ ਤਾਂ ਕੀਤਾ ਇਹਨਾਂ ਨੂੰ ਮਾਰ ਦੀਏ ਅਤੇ ਕੁੱਟ ਦੀਏ। ਮਤਲਬ ਉਹ ਇੰਨਾ ਇੱਕ ਫੀਲ ਆ ਗਿਆ ਸੀ ਉਹਨਾਂ ਦੀ ਆਵਾਜ਼ 'ਚ, ਇੱਕ ਉਨਾ ਇੱਕ ਫੀਲ ਆ।